मां कोई इन्ना भी गिर सकती है तुसी कदे सोच भी नहीं सकते, जो अपने ही मासूम बच्चियां दी ही खून दी प्यासी हो सकती है। जी हाँ, जिहा ही मामला मां दी ममता नूं शर्मसार कर देण वाला पटियाला शहर तो सामने आया, जिथे एक साल पहला हुए दो छोटे मासूम बच्चों के कतल केस नूं पटियाला पुलिस ने सुलझाउंदिआं दस्सिया कि मां ने ही आशिक दे नाल मिल के अपने मासूमां दा कतल कीता सी। ਅਤੇ ਕਤਲ ਕਰਨ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਖੇੜੀ ਗੰਡਿਆ ਪਾਖੜਾ ਦੇ ਵਿੱਚ ਸੁੱਟ ਦਿੱਤਾ ਸੀ। ਪੁਲਿਸ ਵੱਲੋਂ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਖੇੜੀ ਗੰਡਿਆ ਭਾਵਨਾ ਵਿੱਚੋਂ ਬਰਾਮਦ ਕੀਤਾ ਗਿਆ ਸੀ। ਉਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਬਾਅਦ ਵਿੱਚ ਪਤਾ ਲੱਗਾ ਕਿ ਦੋਵਾਂ ਬੱਚਿਆਂ ਦਾ ਕਤਲ ਆਸ਼ਕੀ ਦੇ ਚੱਕਰ ਵਿੱਚ ਮਾਂ ਨੇ ਹੀ ਕੀਤਾ ਸੀ। ਫਿਲਹਾਲ ਪੁਲਿਸ ਵੱਲੋਂ ਦੋਸ਼ੀ ਮਾਂ ਅਤੇ ਉਸ ਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਇਹ ਪ੍ਰੈਸ ਕਾਨਫਰੰਸ ਇੱਕ 1.5-2 ਸਾਲ ਪੁਰਾਣੇ ਕੇਸ ਦੇ ਰਿਗਾਰਡਿੰਗ ਰੱਖੀ ਗਈ ਹੈ, ਜਿਸ ਵਿੱਚ 22 ਜੁਲਾਈ 2019 ਨੂੰ ਦੋ ਸਕੇ ਭਰਾ ਖੇੜੀ ਗੰਡੀਆਂ ਪਿੰਡ ਵਿੱਚੋਂ ਗਾਇਬ ਹੋ ਜਾਂਦੇ ਹੈ, ਇੱਕ 8 ਸਾਲ ਦਾ ਅਤੇ ਇੱਕ 10 ਸਾਲ ਦਾ ਬੱਚਾ। ਕਾਫੀ ਸੈਂਸੇਸ਼ਨ ਹੋਈ, ਕਾਫੀ ਜੋ ਆਸਪੈਕਟਸ ਹੈ ਇਹਦੇ 'ਚ ਐਕਸਪਲੋਰ ਕੀਤੇ ਗਏ ਇਨਵੈਸਟੀਗੇਸ਼ਨ ਦੇ ਦੌਰਾਨ ਕਿ ਇਹ ਕਿਵੇਂ ਬੱਚੇ ਗੁੰਮ ਹੋਏ, ਕਿੱਧਰ ਨੂੰ ਗਏ ਅਤੇ ਇਹਨਾਂ ਦੀ ਮੌਤ ਕਿਵੇਂ ਹੋਈ, ਕਿਉਂਕਿ ਇਹਨਾਂ ਦੀਆਂ ਜੋ ਲਾਸ਼ਾਂ ਸੀ ਉਹ ਖੇੜੀ ਗੰਡੀਆਂ ਨਹਿਰ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਸੀ। ਹੁਣ ਅਨਲੌਕ ਤੋਂ ਬਾਅਦ ਜਿਹੜੀਆਂ ਸੈਂਸੇਸ਼ਨਲ ਕੇਸਿਸ ਦੀਆਂ ਫਾਈਲਸ ਹੈ ਉਹਨਾਂ ਨੂੰ ਜਦੋਂ ਇੱਕ ਇੱਕ ਕਰਕੇ ਐਕਸਪਲੋਰ ਕੀਤਾ ਗਿਆ ਤਾਂ ਇਹ ਕੇਸ ਸਾਹਮਣੇ ਆਇਆ। ਪਿਛਲੇ 3 ਮਹੀਨੇ ਤੋਂ ਜਿਹੜਾ ਐਫਰਟ ਕੀਤਾ ਗਿਆ DSP ਘਨੌਰ ਅਤੇ ਉਹਨਾਂ ਦੀ ਟੀਮ ਵੱਲੋਂ, ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਈ। ਜਦੋਂ ਇਹਨੂੰ ਫਿਰ ਤੋਂ ਇਨਵੈਸਟੀਗੇਸ਼ਨ ਨੂੰ ਸਟਾਰਟ ਕੀਤਾ ਗਿਆ, ਸ਼ੁਰੂ ਤੋਂ ਇਹਨੂੰ ਨਵਾਂ ਮੋੜ ਦਿੱਤਾ ਗਿਆ, ਉਹਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਕਿ ਇਹਨਾਂ ਬੱਚਿਆਂ ਦੀ ਖੁਦ ਦੀ ਮਦਰ ਨੇ, ਮਾਂ ਨੇ ਅਤੇ ਉਸਦੇ ਪ੍ਰੇਮੀ ਨੇ ਇਹਨਾਂ ਦੋਨਾਂ ਬੱਚਿਆਂ ਦੀ ਜਾਨ ਲੈਣ ਦੀ ਸਾਜਿਸ਼ ਰਚੀ। ਫਿਰ ਇਹਨਾਂ ਨੂੰ ਘਰ ਤੋਂ ਗੁਰਦੁਆਰੇ ਦੇ ਬਾਹਰ ਭੇਜਿਆ ਗਿਆ, ਗੁਰਦੁਆਰੇ ਤੋਂ ਫਿਰ ਜੋ ਕਿ ਇਹਨਾਂ ਦੀ ਮਦਰ ਦਾ ਲਵਰ ਹੈ ਬਲਜੀਤ ਸਿੰਘ, ਉਹ ਆ ਕੇ ਸਕੂਟੀ 'ਤੇ ਇਹਨਾਂ ਨੂੰ ਲੈ ਕੇ ਜਾਂਦਾ, ਉੱਥੋਂ ਨਹਿਰ ਵਾਲੇ ਪਾਸੇ ਨੂੰ ਲੈ ਕੇ ਜਾਂਦਾ, ਨਹਿਰ ਦੇ ਕੰਢੇ 'ਤੇ ਲਿਜਾ ਕੇ ਇਹਨਾਂ ਨੂੰ ਧੱਕਾ ਦੇ ਦਿੰਦਾ, ਇਹਨਾਂ ਨੂੰ ਇਲੀਮੀਨੇਟ ਕਰ ਦਿੰਦਾ। ਫਿਰ ਹੁਣ ਜਦੋਂ ਕਿ ਤਫਤੀਸ਼ ਆਪਣੇ ਲੌਜੀਕਲ ਐਂਡ 'ਤੇ ਪਹੁੰਚ ਗਈ ਹੈ ਤਾਂ ਇਹਨਾਂ ਦੋਨਾਂ ਮੁਜਰਮਾਂ ਨੇ ਇਹ ਕਬੂਲ ਕਰ ਲਿਆ। ਇਹਦਾ ਪੂਰਾ ਸੀਕੁਐਂਸ ਆਫ ਈਵੈਂਟ ਹੈ, ਜਿਹੜਾ ਚੇਨ ਆਫ ਈਵੈਂਟਸ ਹੈ ਉਹ ਸਾਰੇ ਇਹਨਾਂ ਨੇ ਖੁਦ ਇੱਕ ਇੱਕ ਥਾਂ 'ਤੇ ਜਾ ਕੇ ਪੁਲਿਸ ਨੂੰ, ਇਨਵੈਸਟੀਗੇਸ਼ਨ ਆਫਿਸਰਸ ਨੂੰ, DSP ਸਾਹਿਬ ਨੂੰ ਅਤੇ ਮੈਨੂੰ ਖੁਦ ਨੂੰ ਇਹ ਸਾਰੀ ਚੀਜ਼ ਐਕਸਪਲੇਨ ਕੀਤੀ ਹੈ ਕਿ ਇਹਨਾਂ ਨੇ ਸਾਜਿਸ਼ ਕਿਵੇਂ ਰਚੀ, ਕਿਵੇਂ ਅਮਲ ਦੇ ਵਿੱਚ ਲੈ ਕੇ ਆਉਂਦੀ, ਕਿਵੇਂ ਅਲੱਗ ਅਲੱਗ ਮੋਬਾਈਲ ਫੋਨ ਯੂਜ਼ ਕੀਤੇ, ਕਿਹੜੇ ਕਿਹੜੇ ਨੰਬਰ ਇਹਨਾਂ ਨੇ ਵਰਤੇ, ਕਿਹੜੇ ਕਦੋਂ ਬੰਦ ਹੋਏ, ਅਤੇ ਉੱਥੋਂ ਇਹ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਅਤੇ ਬੜੀ ਚੰਗੀ ਇਨਵੈਸਟੀਗੇਸ਼ਨ ਪੂਰੀ ਟੀਮ ਨੇ ਕੀਤੀ ਹੈ ਕਿ ਅਤੇ ਇਹ ਟੀਮ ਵਧਾਈ ਦੀ ਪਾਤਰ ਹੈ, ਇਹ ਜਿਹੜੇ ਦੋਨੇ ਮੁਜਰਿਮ ਹੈ ਇਹ ਸਜ਼ਾ ਦੇ ਪਾਤਰ ਹੈ। ਪਟਿਆਲਾ ਤੋਂ ਕਵਲਜੀਤ ਕੰਬੋਜ ਦੀ ਰਿਪੋਰਟ। ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਤੰਤਰ ਮੰਤਰ ਦੇ ਸਮਰਾਟ ਗੁਰੂ ਅਜਮੇਰੀ ਬਾਬਾ ਜੀ ਲੁਧਿਆਣੇ ਵਾਲੇ ਕਰਨਗੇ ਹਰ ਸਮੱਸਿਆ ਦਾ ਸਮਾਧਾਨ। ਹਰ ਇੱਕ ਕੰਮ ਦੀ ਗਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲਓ। ਹੁਣ ਤੱਕ ਲੱਖਾਂ ਹੀ ਲੋਕ ਫਾਇਦਾ ਉਠਾ ਚੁੱਕੇ ਹਨ, ਤੁਸੀਂ ਵੀ ਵੇਖੋ ਚਮਤਕਾਰ। ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ। ਪਰੇਸ਼ਾਨੀ ਭਾਵੇਂ ਕਿੱਡੀ ਵੀ ਹੋਵੇ, ਜਿਵੇਂ ਸੌਂਤਣ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਵਿੱਚ ਅਣਬਣ, ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲੰਬੀ ਬਿਮਾਰੀ ਤੋਂ ਛੁਟਕਾਰਾ ਪਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਪ੍ਰੇਮ ਵਿਆਹ ਜਾਂ ਫਿਰ ਉਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਆਪਣੇ ਪਤੀ ਬੇਟੇ ਜਾਂ ਭਰਾ ਨੂੰ ਨਸ਼ਾ ਛੁਡਾਉਣਾ, ਲਾਟਰੀ ਸੱਟੇ ਦਾ ਨੰਬਰ, ਘਰ ਵਿੱਚ ਖੂਨ ਦੇ ਛਿੱਟੇ ਆਉਣਾ ਅਤੇ ਜਾਦੂ ਟੂਣੇ ਤੋਂ ਇਲਾਵਾ ਕਾਰੋਬਾਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਜਾਂ ਘਰੇਲੂ ਝਗੜਿਆਂ ਵਰਗੀਆਂ A to Z ਸਮੱਸਿਆਵਾਂ ਦਾ ਹੱਲ ਤੁਰੰਤ ਕੀਤਾ ਜਾਂਦਾ ਹੈ। ਬਾਬਾ ਜੀ ਕਹਿੰਦੇ ਨੇ ਕਰਕੇ ਵਿਖਾਉਂਦੇ ਹਨ। ਸਾਡੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 11 ਲੱਖ ਦਾ ਇਨਾਮ। ਸਾਰੀਆਂ ਥਾਵਾਂ ਤੋਂ ਧੱਕੇ ਖਾ ਕੇ ਅੱਗ ਚੁੱਕੇ ਲੋਕ ਇੱਕ ਵਾਰ ਫੋਨ ਜ਼ਰੂਰ ਕਰਨ। ਇੱਕ ਫੋਨ ਕਾਲ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ, ਤਾਂ ਫਿਰ ਦੇਰ ਕਿਉਂ, ਹੁਣੇ ਕਾਲ ਕਰੋ 98154-60154।